ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੌਰੀ ਹੈ। ਗੁਰੂਕੁਲ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ। ਬਿਕਰਮ ਸਿੰਘ ਮਜੀਠੀਆ SIT ਅੱਗੇ ਪੇਸ਼, NDPS ਮਾਮਲੇ 'ਚ ਪੁੱਛਗਿੱਛ ਜਾਰੀ, IG ਦਫ਼ਤਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ, ਸ਼ਿਵਰਾਜ ਨੂੰ ਦਿੱਲੀ ਬੁਲਾਇਆ, ਸ਼ਾਮ ਨੂੰ JP ਨੱਡਾ ਨਾਲ ਮੁਲਾਕਾਤ ਕਰਨਗੇ, ਅੱਤਵਾਦੀ ਸਮੂਹਾਂ ਖਿਲਾਫ NIA ਦੀ ਵੱਡੀ ਕਾਰਵਾਈ, ਦੱਖਣੀ ਭਾਰਤ 'ਚ 19 ਟਿਕਾਣਿਆਂ 'ਤੇ ਛਾਪੇਮਾਰੀ, CM ਮੋਹਨ ਯਾਦਵ ਦੇ ਨਿਰਦੇਸ਼ਾਂ 'ਤੇ ਮੁਸਲਿਮ ਭਾਈਚਾਰੇ ਨੇ ਪਹਿਲਕਦਮੀ ਕੀਤੀ, ਇੰਦੌਰ ਦੀ ਦਰਗਾਹ ਤੋਂ ਲਾਊਡ ਸਪੀਕਰ ਹਟਾਏ ਗਏ, ਲੋਕ ਸਭਾ 'ਚ ਪੇਸ਼ ਕੀਤਾ ਨਵਾਂ ਟੈਲੀਕਾਮ ਬਿੱਲ, 138 ਸਾਲ ਪੁਰਾਣਾ ਕਾਨੂੰਨ ਬਦਲੇਗਾ। ਧੰਨਵਾਦ।